ਸਤਲੁਜ ਦਰਿਆ ਦੇ ਵਿੱਚ ਡਿੱਗਣ ਦੇ ਨਾਲ ਇੱਕ 1.5 ਸਾਲਾ ਮਾਸੂਮ ਬੱਚੀ ਲਾਪਤਾ ਹੋ ਗਈ ਹੈ। ਦੱਸ ਦਈਏ ਕਿ ਆਪਣੇ ਮਾਤਾ ਪਿਤਾ ਦੇ ਨਾਲ ਇਹ ਬੱਚੀ ਨਹਾਉਣ ਦੇ ਲਈ ਆਏ ਸੀ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਮਾਤਾ ਪਿਤਾ ਸੀ ਦੋਵੇਂ ਹੀ ਇੱਕ ਧਾਰਮਿਕ ਸਥਾਨ ਦੇ ਉੱਤੇ ਆਪਣੇ ਦੋਵੇਂ ਬੱਚਿਆਂ ਦੇ ਨਾਲ ਮੱਥਾ ਟੇਕਣ ਦੇ ਲਈ ਆਏ ਸੀ, ਪਰ ਜਿਵੇਂ ਹੀ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਇਹ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਗਏ। ਪਰ ਜਿਵੇਂ ਨਹਾਉਣ ਦੇ ਲਈ ਗਏ ਤਾਂ ਮਾਂ ਦੇ ਹੱਥ ਦੇ ਵਿੱਚ ਇਹ ਬੱਚੀ ਸੀ 1.5 ਸਾਲ ਦੀ, ਪਰ ਅਚਾਨਕ ਹੀ ਮਾਤਾ ਦਾ ਪੈਰ ਜੋ ਹੈ ਉਹ ਸਤਲੁਜ ਦਰਿਆ ਦੀ ਪੌੜੀਆਂ ਉੱਤਰਦੇ ਹੀ ਸਲਿੱਪ ਹੋ ਜਾਂਦਾ ਹੈ। ਪੈਰ ਫਿਸਲਣ ਤੋਂ ਬਾਅਦ ਬੱਚੀ ਛੁੱਟ ਕੇ ਉਹਨਾਂ ਦੇ ਹੱਥ ਚੋਂ ਸਿੱਧਾ ਹੀ ਦਰਿਆ ਦੇ ਵਿੱਚ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਪਾਣੀ ਦਾ ਤੇਜ਼ ਵਹਾਅ ਹੁੰਦਾ ਹੈ ਤੇ ਪਿਤਾ ਦੇ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਬੱਚੀ ਪਿਤਾ ਦੇ ਹੱਥ ਨਹੀਂ ਆਉਂਦੀ ਅਤੇ ਤੇਜ਼ ਵਹਾਅ ਦੇ ਵਿੱਚ ਹੀ ਰੁੜ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ ਵਾਰ ਤਾਂ ਪਿਤਾ ਵੀ ਇਸ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਸੀ, ਪਰ ਰਸਤੇ ਦੇ ਵਿੱਚ ਕਿਤੇ ਝਾੜੀਆਂ ਆਈਆਂ ਤਾਂ ਝਾੜੀਆਂ ਨੂੰ ਫੜ ਕੇ ਪਿਤਾ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ। ਤਾਂ ਨੰਗਲ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਿਵਾਰ ਧਾਰਮਿਕ ਸਥਾਨ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਸੀ, ਪਰ ਜਾਂਦੇ ਜਾਂਦੇ ਜਦੋਂ ਉਹ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਗਏ ਤਾਂ ਉੱਥੇ 1.5 ਸਾਲ ਦੀ ਮਾਸੂਮ ਬੱਚੀ ਮਾਂ ਦੇ ਹੱਥੋਂ ਡਿੱਗ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਲਾਪਤਾ ਹੋ ਜਾਂਦੀ ਹੈ। ਹਾਲਾਂਕਿ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਮੌਕੇ ਦੇ ਉੱਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਕਿਹਾ ਜਾ ਰਿਹਾ ਕਿ ਰਾਤ ਹੋਣ ਕਰਕੇ ਹਨੇਰਾ ਜ਼ਿਆਦਾ ਸੀ ਜਿਸ ਕਰਕੇ ਸਰਚ ਆਪਰੇਸ਼ਨ ਨਹੀਂ ਚਲਾਇਆ ਗਿਆ ਤੇ ਹੁਣ ਤੜਕੇ ਸਵੇਰੇ ਤੋਂ ਹੀ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ, ਪਰ ਹਾਲੇ ਤੱਕ 1.5 ਸਾਲ ਦੀ ਬੱਚੀ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਤਾਂ ਦੱਸ ਦਈਏ ਕਿ ਲਗਾਤਾਰ ਜਿੱਥੇ ਪਹਾੜਾਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਉੱਥੇ ਹੀ ਜੋ ਸਤਲੁਜ ਦਰਿਆ ਹੈ ਉਹ ਲਗਾਤਾਰ ਉਫਾਨ ਦੇ ਉੱਤੇ ਹੈ। ਬਿਆਸ ਦਰਿਆ ਦੇ ਵਿੱਚ ਵੀ ਪਾਣੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਤੇ ਅਜਿਹੇ ਦੇ ਵਿੱਚ ਹੁਣ ਇੱਕ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ 1.5 ਸਾਲ ਦੀ ਮਾਸੂਮ ਬੱਚੀ ਪਾਣੀ ਦੇ ਵਿੱਚ ਰੁੜ ਗਈ ਹੈ। ਮੈਂ ਤਾਂ ਦਿੱਲੀ ਦੇ ਆ ਰਿਹਾ, ਮੈਨੂੰ ਤਾਂ ਇੱਥੇ ਹੀ ਆ ਕੇ ਪਤਾ ਲੱਗਿਆ ਕਿ ਉਹ ਮੇਰਾ ਬੇਟਾ ਔਰ ਬਹੂ ਦੋਨੋਂ ਇੱਥੇ ਨਹਾਉਣ ਗਏ ਉਹ ਦੋ ਮੰਦਰ। ਉੱਥੇ ਜਦੋਂ ਸੀੜੀਆਂ 'ਤੇ ਨਹਾਉਣ ਲੱਗੇ ਬੱਚੀ ਨੂੰ ਤਾਂ ਬੱਚੀ ਹੱਥ 'ਤੇ ਗਿਰ ਗਈ ਉਹਦੇ 'ਚ, ਫਿਰ ਉਹਨੂੰ ਮੁੰਡੇ ਨੇ ਟਰਾਈ ਮਾਰੀ ਇੱਕ ਵਾਰੀ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ, ਕਿਉਂਕਿ ਮੈਂ ਔਨ ਸਪੋਰਟ ਤਾਂ ਥਾ ਨਹੀਂ ਦਾ ਕਿ ਇਹਨਾਂ ਨੇ ਪਕੜੀ ਉਹ ਜਦੋਂ ਪਕੜਨ ਦੇ ਬਾਅਦ 'ਚ ਫਿਰ ਉਹ ਛੁੱਟ ਗਈ ਹੱਥ 'ਤੇ 1.5 ਸਾਲ ਦੀ। ਉਹਦਾ ਨਾਮ ਅਨਿਆਇ ਇਹ ਸਾਦੇ ਅਸੀਂ ਨੰਨਿਆ ਬੋਲਦੇ ਭਾਰਤ ਭੂਸ਼ਣ ਨੀਲਮ ਕੁਮਾਰੀ ਰਾਣੀ ਸਾਦੇ ਵੈਸੇ ਉਸ ਨਾਮ ਦੋਨੋਂ ਬੇਟੀਆਂ ਹਾਂਜੀ ਹਾਂਜੀ ਨਹੀਂ 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 ਬੜੀ 4 ਸਾਲ ਦੀ ਉਹ ਵੀ ਨਾਲ ਗਈ ਵੀ ਦੀ ਨਾਲ 1.5 ਸਾਲ ਦੀ ਹਾਂਜੀ। ਪੁਲਿਸ ਕੋਲ ਤਾਂ ਅਸੀਂ ਇਹੀ ਰਿਕੁਐਸਟ ਕਰਦੇ ਕਿ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਛ ਮਿਲ ਜਾਏ ਤਾਂ ਕਮ ਸੇ ਕਮ ਥੋੜ੍ਹੀ ਮਨ ਨੂੰ ਤਸੱਲੀ ਹੋ ਜਾਣੀ ਕਿ ਗੋਤਾਖੋਰ ਇਹ ਲਗਾਏ ਥੇ ਜੀ ਕਮਲ ਦੀ ਟੀਮ। ਕਮਲ ਤਾਂ ਖੁਦ ਕੋਰਟ ਗਿਆ ਥਾ, ਮੈਂ ਗੱਲ ਕੀਤੀ ਉਹਦੇ ਨਾਲ, ਉਹਦੇ ਬਾਅਦ ਉਹਦੇ ਜਿਹੜੀ ਸਹਾਇਕ ਟੀਮ ਤੀ ਉਹ ਲੱਗੀ, ਉਹਨਾਂ ਨੇ ਕਾਫੀ ਟਰਾਈਪ ਕੀਤੀ ਲੇਕਿਨ ਹਜੇ ਕੁਛ ਨਹੀਂ ਹੱਥ ਲੱਗਿਆ ਹੁੰਦੇ। ਮਾਮਲਾ ਸਰ ਹੋ ਗਿਆ ਬੇਟੀ ਵਾਲਾ, ਛੋਟੀ ਬੇਟੀ 1.5 ਸਾਲ ਦੀ ਤੀ, ਦੋਨੋਂ ਜਾਣੇ ਇਕੱਠੇ ਬਾਬਾ ਊਠ ਦੇ ਮੰਦਰ ਮੱਥਾ ਟੇਕਣ ਗਏ ਸੀ। ਅਚਾਨਕ ਉਹਦਾ ਥੋੜ੍ਹਾ ਜਿਹਾ ਕੋਈ ਪ੍ਰੋਬਲਮ ਸੀ, ਉਹ ਕਹਿੰਦੇ ਇੱਥੇ ਨਹਾ ਕੇ ਥੋੜ੍ਹਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ ਅਤੇ ਉੱਥੇ ਨਹਾਉਣ ਲੱਗੇ ਅਤੇ ਬੇਟੀ ਥੋੜ੍ਹੀ ਹੱਥ 'ਤੇ ਛੁੱਟੀ ਅਤੇ ਬੇਟੀ ਲੱਗੀ ਬਹਿਣ 'ਤੇ ਥੋੜ੍ਹਾ ਉਹਨੂੰ ਵੀ ਪਿੱਛੇ ਛਲਾਂਗ ਲਾਈ ਅਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਫੜੀ ਵੀ ਉਹਨੇ, ਪਰ ਦੁਬਾਰਾ ਪਾਣੀ ਦਾ ਵਹਾਅ ਇਤਨਾ ਜ਼ਿਆਦਾ ਤਾ ਕਿ ਹੱਥ 'ਤੇ ਬੇਟੀ ਫਿਰ ਦੁਬਾਰਾ ਛੁੱਟ ਗਈ।
ਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ, ਉਹਨਾਂ ਨੇ ਵੀ ਆਪਣੀ ਜਾਨ ਬੜੇ ਜ਼ੋਰ ਨਾਲ ਬਚਾਈ। ਸਾਡਾ ਪਿੰਡ ਹੈ ਜੀ ਪਲਸੇਡ, ਡਾਕਖਾਨਾ ਲਹਿੜੀ ਹੈ ਜੀ, ਤੇ ਤਹਿਸੀਲ ਸਾਡੀ ਸ਼੍ਰੀ ਨੈਣਾ ਦੇਵੀ, ਜ਼ਿਲ੍ਹਾ ਸਾਡਾ ਹੈਗਾ ਜੀ ਬਿਲਾਸਪੁਰ। ਐਕਚੁਅਲੀ 'ਚ ਇੱਦਾਂ ਹੋਇਆ ਸਰ ਵੀ ਜਿੱਦਾਂ ਮਤਲਬ ਨਹੀਂ ਉੱਥੇ ਉਹ ਜਿੱਦਾਂ ਗਏ ਤੇ ਨਾ ਜੀ ਮੱਥਾ ਟੇਕਣ ਗਏ ਤੇ ਬਾਬਾ ਉਹਦੇ ਮੰਦਿਰ ਦੇ ਜੀ, ਉੱਥੇ ਥੱਲੇ ਫਿਰ ਇਸ਼ਨਾਨ ਕਰਨ ਵਾਸਤੇ ਚਲੇ ਗਏ ਜੀ। ਫਿਰ ਉਹ ਬੇਟੀ ਜਿੱਦਾਂ ਮਤਲਬ ਨਲਾਏ ਦੇ ਜੀ ਕਰਦੇ ਨੇ ਜੀ, ਉਹ ਫਿਰ ਬੇਟੀ ਉਹਦੇ ਹੱਥ ਵਿੱਚ ਫਿਸਲ ਗਈ। ਉਹ ਫਿਰ ਜਿੱਦਾਂ ਉਹਨੇ ਕੋਸ਼ਿਸ਼ ਵੀ ਕਰੀ ਵੀ ਉਹਨੂੰ ਬਚਾਉਣ ਦੀ, ਪਰ ਉਹ ਫਿਰ ਉਹ ਫਿਸਲ ਗਈ, ਹੱਥ ਫਿਸਲ ਗਈ ਬੇਟੀ, ਫਿਰ ਮਿਲੀ ਨਹੀਂ। ਫਿਰ ਗੋਤਾਖੋਰ ਵੀ ਲਾਏ ਤੇ ਸਰ, ਉਹ ਵੀ ਤਲਾਸ਼ ਕਰਿਆ ਕਰਦੇ, ਪਰ ਹਜੇ ਸੁਰਾਗ ਕੋਈ ਮਿਲਿਆ ਨਹੀਂ, ਪਤਾ ਨਹੀਂ ਲੱਗਿਆ। ਇਹ ਸਰ ਘਰ ਹੀ ਹੈ, ਘਰਦਾ ਹੀ ਕੰਮ ਕਰਦੇ। ਹਾਂਜੀ, ਮਦਰ ਵੀ ਘਰਦਾ ਹੀ, ਬੱਚੇ ਨੇ ਦੇਖ ਰੇਖ ਕਰਦੀ ਹੈ। ਇਹ ਲੜਕੀ ਦੇ ਪੇਰੈਂਟਸ ਸਾਡੇ ਕੋਲ ਆਇਆ, ਇਹਨੇ ਸਾਨੂੰ ਦੱਸਿਆ ਕਿ ਮੱਥਾ ਟੇਕਣ ਗਏ ਸੀਗੇ ਬਾਬਾ ਉਹਦੇ ਮੰਦਰ ਨੰਗਲ 'ਚ, ਉੱਥੇ ਵੀ ਲੜਕੀ ਨੂੰ ਜਿੱਦਾਂ ਇਸ਼ਨਾਨ ਕਰਾਉਣ ਲੱਗੇ ਜਾਂ ਦੇਖਣ ਲੱਗੇ ਤਾਂ ਤੇਲ ਦੱਸਦੇ ਹੈਗੇ, ਤੇਲ ਡੇਲਾ ਤੇ ਉਹਦਾ ਪੈਰ ਫਲਿੱਪ ਕਰਕੇ ਸਲਿੱਪ ਕਰ ਗਈ ਉਹ, ਮੌਕੇ 'ਤੇ ਵੈਸੇ ਵੀ ਭਾਲ ਕੀਤੀ ਨਹੀਂ ਲੱਭੀ ਹੈ। ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਗੋਤਾਖੋਰ ਵਗੈਰਾ, ਉਹਨਾਂ ਨੇ ਕਾਫ਼ੀ ਕੋਸ਼ਿਸ਼ ਕੀਤੀ ਹੈ, ਪਰ ਹਨੇਰਾ ਹੋਣ ਕਰਕੇ ਨਹੀਂ ਪਤਾ ਲੱਗ ਸਕਦਾ ਜੀ ਹੁਣ। ਬਾਕੀ ਇਹਨਾਂ ਦੀ ਜਿਹੜੀ ਰਫਟਦਾਜ ਕਰ ਲਈ ਹੈ ਅਸੀਂ, ਤਾਂ ਲੜਕੀ ਦੀ ਭਾਲ ਜਾਰੀ ਹੈ, ਜਿੱਦਾਂ ਵੀ ਟ੍ਰਿਫ ਹੋਊਗੀ ਅਗਲੀ ਕਾਰਵਾਈ ਹੁੰਦੀ ਜਾਊਗੀ। ਬਿਲਕੁਲ ਜੀ, ਸਵੇਰੇ ਫਿਰ ਟੀਮ ਨਾਲ ਤਿਆਰ ਹੈ, ਸਾਡੇ ਬੰਦੇ ਨਾਲ ਜਾਣਗੇ, ਜਿੰਨੀ ਜਲਦੀ ਹੋ ਸਕੇ ਆਪਾਂ ਲੜਕੀ ਦੀ ਲਾਸ਼ ਬਰਾਮਦ ਕਰਾਂਗੇ ਅਤੇ ਅਗਲੀ ਕਾਰਵਾਈ ਲਾਂਗੇ।